मेडिसिन तुम दो बजे पानी देंगे दे दोनों अखाने के ठीक है। तो बाकी होर कोई मोबाइल यूज तो नहीं करते कंप्यूटर से गेम खेलते हो थोड़ी कंप्यूटर सेंटर कर देंगे मोबाइल घर चलाने हो ठीक है एक नॉर्मल के बाद देख लेना कोई गल नहीं मैं दस देना सारा तुम बात है ठीक है। बैठो उधर बैठो सो चेयर अब बैठा जाना चेयर लेडीज भी दिखते हैं चाइनीज बस बड़ा बंद ही टाइप है सर्दी पानी बहुत लगता है ना शुगर की जांच की गई है बीपी की जांच की गई है कुछ पेशेंट जिन्होंने शुगर थी ठीक है उन्होंने मतलब एयर किया गया कि शुगर की खराब जी है दस बजे बाद दवाई दो बारी पा लेनी करनी दोनों अखा ठीक है सफेद मोती है सज्जी अख के थोड़ा जहा जो तो सलाह बनती है ऑपरेशन होएगा लेंस पेगा दवाई पानी ये पकड़ वास्ते नहीं होंगी दवाई अखाफ रखने चलते रहना माता चाहे हूँ भी करवा सकते हो जो थोड़ी तंगी देखो साफ हो जाता है ना इतनी ज़्यादा साफ पिकअप तो जी तो इतने मतलब कि कई पेशेंट प्रॉब्लम आती सी कि मैं जांच कितों कराव कितने जाव तो काफ़ी दूर का सगा समा सो वो करके मतलब कि मैं सोचा मैं कैंप लवाव फिर फ्री है कोई अखा का चार्ज नहीं लेते इतने के सो
ਆਉਣ ਵਾਲੇ ਸਮੇਂ 'ਚ ਮੈਂ ਅਪ੍ਰੈਲ 'ਚ ਇੱਕ ਹੋਰ ਕੈਂਪ ਲਵਾਉਣਾ ਜੀ, ਬਿਲਕੁਲ ਫ੍ਰੀ ਹੋਏਗਾ ਜੀ, ਫ੍ਰੀ ਆਫ ਕੋਸਟ, ਕੋਈ ਪੈਸੇ ਨਹੀਂ ਦਿੱਤੇ ਜਾਣੇ। ਇਹਦਾ ਸਰ ਜਿਵੇਂ ਚੈੱਕਅਪ ਕੈਂਪ ਆ, ਅੱਗੇ ਆਪਰੇਸ਼ਨ ਕੈਂਪ ਦੇ ਬਾਰੇ ਵੀ ਪਲਾਨ ਕਰ ਰਹੇ ਹੋ? ਹਾਂਜੀ, ਅੱਖਾਂ ਅੱਗੇ ਚੈੱਕਅਪ ਵੀ ਹੋਏਗਾ ਅਤੇ ਪਲੱਸ ਆਪਰੇਸ਼ਨ ਬਾਰੇ ਵੀ ਸੋਚਿਆ ਵਾ, ਅਪ੍ਰੈਲ 'ਚ ਕਰਾ ਦਾਂਗੇ। ਅੱਖਾਂ ਦਾਨ ਜੀ ਕਰਨਾ ਜੀ ਬਹੁਤ ਜ਼ਰੂਰੀ ਹੈ, ਮਤਲਬ ਕਿ ਜਿਹੜੇ ਨਹੀਂ ਦੇਖ ਸਕਦੇ ਹੈ ਉਹਨਾਂ ਲਈ ਫੀਚਰ ਲਈ ਬੈਸਟ ਹੈ। ਸਰ ਜੀ, ਮੈਂ ਡਾਕਟਰ ਡੀ ਐਨ ਬੱਬਰ, ਠੀਕ ਹੈ ਜੀ। ਅੱਜ ਜੋ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਚੌਹਾਨ ਓਪਟੀਕਲ ਸ਼ੋਪ 'ਤੇ, ਜੋ ਕਿ ਨਿਊ ਸੁਭਾਸ਼ ਨਗਰ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਹੈ, ਇਹ ਡਾਕਟਰ ਰਮੇਸ਼ ਜੀ ਮਨਸੂਰਾ ਵਾਲੇ ਉਹਨਾਂ ਵੱਲੋਂ ਸੇਵਾ ਦਾ ਆਯੋਜਨ ਕੀਤਾ ਗਿਆ ਹੈ, ਜਿਸ ਦੇ ਵਿੱਚ ਕਿ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਹੈ, ਮਰੀਜ਼ਾਂ ਦੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਇਹ ਫ੍ਰੀ ਚੈੱਕ ਕੀਤਾ ਗਿਆ ਹੈ ਜੀ, ਅਤੇ ਉਹਨਾਂ ਦੇ ਹੋਰ ਵੀ ਜੋ ਜ਼ਰੂਰੀ ਟੈਸਟ ਕਾਫੀ ਕਨਸੈਸ਼ਨ 'ਤੇ ਕੀਤੇ ਗਏ ਹਨ, ਅਤੇ ਉਹਨਾਂ ਨੂੰ ਇਹ ਵੀ ਨਾਲ ਐਡਵਾਈਸ ਕੀਤਾ ਗਿਆ ਹੈ ਕਿ ਤੁਸੀਂ ਆਪਣੇ ਫਾਰਮ ਵੀ ਭਰ ਸਕਦੇ ਹੋ, ਜਿਸ ਦੇ ਵਿੱਚ ਕਿ ਮ੍ਰਿਤਿਊ ਤੋਂ ਬਾਅਦ ਅਸੀਂ ਆਪਣੀਆਂ ਅੱਖਾਂ ਦਾਨ ਕਰਕੇ, ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਕਾਫੀ ਸਮੇਂ ਤੋਂ ਨਹੀਂ ਹੈ, ਉਹਨਾਂ ਨੂੰ ਅਸੀਂ ਅੱਖਾਂ ਡੋਨੇਟ ਕਰਕੇ ਉਹਨਾਂ ਨੂੰ ਦੁਬਾਰਾ ਇਹ ਦੁਨੀਆ ਦੇਖਣ ਦੇ ਲਈ ਯੋਗ ਬਣਾ ਸਕਦੇ ਹਾਂ। ਚੌਹਾਨ ਓਪਟੀਕਲ ਵਾਲੇ ਕਾਫੀ ਲੰਬੇ ਟਾਈਮ ਤੋਂ ਇਸ ਏਰੀਏ ਦੇ ਵਿੱਚ ਆਪਣੀ ਬਹੁਤ ਵਧੀਆ ਸੇਵਾ ਦੇ ਰਹੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਇਹ ਕੈਂਪ ਦਾ ਆਯੋਜਨ ਕੀਤਾ ਗਿਆ। ਸਰ, ਕਿੰਨੇ ਕੁ ਸਰੀਰ ਦੇ ਪੇਸ਼ੈਂਟ ਹੈ ਜਿਹੜੇ ਚੈੱਕ ਹੋ ਚੁੱਕੇ ਨੇ? ਤਕਰੀਬਨ 60 ਤੋਂ 70 ਦੇ ਵਿੱਚ ਪੇਸ਼ੈਂਟ ਅਟੈਂਡ ਕੀਤੇ ਗਏ ਹਨ ਜੀ, ਔਰ ਸਾਰੇ ਸੈਟਿਸਫਾਈ ਹੋ ਕੇ ਗਏ ਹਨ। ਇਹ ਸਾਡੇ ਛੋਟੇ ਭਰਾ ਮਿਸਟਰ ਮੁਕੇਸ਼ ਵਰਮਾ ਜੀ ਜਿਨ੍ਹਾਂ ਦੇ ਵੱਲੋਂ ਲੈਬ ਦੇ ਫ੍ਰੀ ਟੈਸਟ ਕੀਤੇ ਗਏ ਹਨ ਜੀ। ਇਹ ਸਾਡੇ ਕੁਝ ਸਟਾਫ ਮੈਂਬਰ ਹਨ ਜੀ, ਇਹ ਚੌਹਾਨ ਓਪਟੀਕਲ ਵਾਲੇ ਜਿਨ੍ਹਾਂ ਦੇ ਸਦਕਾ ਇਸ ਕੈਂਪ ਦਾ ਆਯੋਜਨ ਕੀਤਾ ਗਿਆ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਡਾਕਟਰ ਰਮੇਸ਼ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੇ ਸਦਕਾ ਇਹ ਕੈਂਪ ਬਹੁਤ ਵਧੀਆ ਚੱਲਿਆ ਹੈ ਜੀ, ਔਰ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਕੈਂਪਾਂ ਦਾ ਆਯੋਜਨ ਕਰਕੇ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰ ਸਕੀਏ। ਧੰਨਵਾਦ ਜੀ। ਸਰ, ਅੱਖਾਂ ਦਾਨ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਅੱਖਾਂ ਦਾਨ, ਮੇਰਾ ਇਹ ਵਿਚਾਰ ਹੈ ਜੀ, ਸਭ ਨੂੰ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਜੋ ਦੁਨੀਆ ਨੂੰ ਨਹੀਂ ਦੇਖ ਸਕਦੇ ਉਹ ਵੀ ਆਪਣੀਆਂ ਅੱਖਾਂ ਦੇ ਨਾਲ ਦੁਨੀਆ ਨੂੰ ਦੇਖ ਸਕਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ ਜੀ। ਅਤੇ ਇੱਕ ਜਿਵੇਂ ਇਹਨਾਂ ਦਾ ਇੱਕ ਨਾਰਾ ਹੈਗਾ ਜੀ, ਅੱਖਾਂ ਦਾਨ ਮਹਾਂਦਾਨ, ਉਹ ਆਪਾਂ ਮਿਲ ਕੇ ਲਗਾ ਸਕਦੇ ਹਾਂ ਜੀ? ਜ਼ਰੂਰ ਜੀ। ਅੱਖਾਂ ਦਾਨ ਮਹਾਂਦਾਨ, ਮਹਾਂਦਾਨ ਅੱਖਾਂ ਦਾਨ, ਅੱਖਾਂ ਦਾਨ ਮਹਾਂਦਾਨ, ਮਹਾਂਦਾਨ ਅੱਖਾਂ ਦਾਨ। ਜਿਉਂਦੇ ਜੀ ਖੂਨ ਦਾਨ, ਮਰਨ ਤੋਂ ਬਾਅਦ ਅੱਖਾਂ ਦਾਨ। ਜਿਉਂਦੇ ਜੀ ਖੂਨ ਦਾਨ, ਮਰਨ ਤੋਂ ਬਾਅਦ ਅੱਖਾਂ ਦਾਨ। ਜਿਉਂਦੇ ਜੀ ਖੂਨ ਦਾਨ, ਮਰਨ ਤੋਂ ਬਾਅਦ ਅੱਖਾਂ ਦਾਨ। ਡਾਕਟਰ ਸਾਹਿਬ, ਜਿਹੜਾ ਇਹ ਅੱਜ ਅੱਖਾਂ ਦਾ ਚੈੱਕਅਪ ਕੈਂਪ ਲੱਗਿਆ ਹੈਗਾ ਵਾ ਡਾਕਟਰ ਰਮੇਸ਼ ਜੀ ਵੱਲੋਂ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਜ ਚੌਹਾਨ ਓਪਟੀਕਲ ਵੱਲੋਂ ਡਾਕਟਰ ਰਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਦੇ ਸਹਿਯੋਗ ਨਾਲ ਮਰੀਜ਼ਾਂ ਦਾ ਫ੍ਰੀ ਜਾਂਚ ਕੀਤੀ ਗਈ ਹੈ, ਜਿਸ ਵਿੱਚ ਸਫੇਦ ਮੋਤੀਆਂ ਦੀ ਜਾਂਚ, ਕਾਲੇ ਮੋਤੀਆਂ ਦੀ ਜਾਂਚ, ਜਾਂ ਸ਼ੂਗਰ ਨਾਲ ਅੱਖਾਂ ਦੇ ਪਰਦੇ ਜੋ ਕਮਜ਼ੋਰ ਹੋ ਗਏ ਸੀ ਪੇਸ਼ੈਂਟਾਂ ਦੇ, ਉਹਨਾਂ ਦੀ ਜਾਂਚ ਕੀਤੀ ਗਈ ਹੈ। ਓਪਰੇਸ਼ਨ ਤਕਰੀਬਨ ਜਿਹੜੇ ਨਿਕਲੇ ਨੇ ਆਪਣੇ ਉਹਨਾਂ ਦੇ ਫ੍ਰੀ ਆਫ ਕੋਸਟ ਕੀਤੇ ਜਾਣਗੇ, ਐਨਕਾਂ ਵੀ ਉਹਨਾਂ ਨੂੰ ਬਾਅਦ ਵਿੱਚ ਚੈੱਕ ਕਰਕੇ ਦਿੱਤੀਆਂ ਜਾਣਗੀਆਂ। ਹੁਣ ਤੱਕ ਤਕਰੀਬਨ 50 ਪੇਸ਼ੈਂਟਾਂ ਦੀ ਜਾਂਚ ਹੋ ਚੁੱਕੀ ਹੈ। ਇਸ ਤਰ੍ਹਾਂ ਦੇ ਕੈਂਪ ਆਪਾਂ ਨੂੰ ਲਗਾਉਣੇ ਚਾਹੀਦੇ ਨੇ ਤਾਂ ਕਿ ਜੋ ਮਤਲਬ ਨਹੀਂ ਅਫੋਰਡ ਕਰ ਸਕਦੇ ਪੇਸ਼ੈਂਟ, ਨਹੀਂ ਜਾ ਕੇ ਵੱਡੇ ਸੈਂਟਰ ਦੇ ਵਿੱਚ ਚੈੱਕ ਕਰਵਾ ਸਕਦੇ, ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਲਾਭ ਮਿਲਦਾ। ਉਹਨਾਂ ਨੂੰ ਇਸ ਕੈਂਪ ਵਿੱਚ ਆ ਕੇ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਹੁਣ ਬੱਚੇ ਸਕੂਲ ਵਿੱਚ ਪੜ੍ਹਦੇ ਨੇ, ਸਟੱਡੀ ਕਰਦੇ ਨੇ, ਮੋਬਾਈਲ ਜ਼ਿਆਦਾ ਯੂਜ਼ ਕਰਦੇ ਨੇ, ਉਹਨਾਂ ਦੇ ਵੀ ਪਰਦਿਆਂ ਦੀ ਕਮਜ਼ੋਰੀ ਆਉਂਦੀ ਹੈ ਬੱਚਿਆਂ ਦੀ। ਬੱਚੇ ਵੀ ਅੱਜ ਚੈੱਕ ਕਰਾਉਣ ਲਈ ਆਏ ਸੀਗੇ, ਉਹਨਾਂ ਵਿੱਚ ਵੀ ਲੱਗਿਆ ਆਪਾਂ ਨੂੰ ਵੀ ਬੱਚਿਆਂ ਨੂੰ ਵੀ ਐਨਕਾਂ ਦੀ ਲੋੜ ਹੈ ਉਹਦੇ ਵਿੱਚ, ਜੋ ਔਨਲਾਈਨ ਸਟੱਡੀ ਹੋ ਰਹੀ ਹੈ ਬੱਚਿਆਂ ਦੀ, ਉਹਦੇ ਨਾਲ ਬੱਚਿਆਂ ਦੀ ਨਿਗਾਹ ਘੱਟ ਜਾ ਰਹੀ ਹੈ, ਔਨਲਾਈਨ ਸਟੱਡੀ ਨਾਲ ਉਹਨਾਂ ਨੂੰ ਐਨਕ ਦੀ ਲੋੜ ਹੈਗੀ ਆ। ਜੇ ਬੱਚੇ ਹੁਣ ਇਸ ਉਮਰ ਦੇ ਵਿੱਚ ਨਹੀਂ ਐਨਕ ਲਗਾਉਂਦੇ ਤਾਂ ਅੱਗੇ ਜਾ ਕੇ ਉਹਨਾਂ ਦੀ ਨਿਗਾਹ ਹੋਰ ਜ਼ਿਆਦਾ ਘੱਟ ਜਾਂਦੀ ਹੈ।
और जो सही टाइम पर एनक ना लगन नाल इन्नी कमजोरी हो जाती है बच्चे फिर वो एनक भी उन्होंने काम नहीं करती। इस करके मतलब शुरू तो ही आपां अखां की जांच करवानी चाहिए है, वधिया सेंटर दे विच जाके हॉस्पिटल दे विच जाके जां ऑप्टिकल शॉप ते अपनी निगाह जरूर जांच करवाओ। इन्हों मतलब पहला टैसट होने कुछ उस तो बाद टाइम दिए जाएंगे इतें ही ऑप्टिकल शॉप से, फिर उन्होंने दो दो तीन तीन करके आप ऑपरेशन करा उन्होंने उन्होंने हॉस्पिटल साढ़े डॉक्टर रमेश सुपर स्पैशलिटी आई एंड लेजर सेंटर फिरोजपुर रोड से वेरका मिल्क प्लांट को उत्थे उन्होंने ऑपरेशन फ्री किए जाएंगे।